ਹਾਂਜੀ ਉਹ ਨਿਊਜ਼ ਜਿਹਦੇ ਲਈ ਬਹੁਤ ਦੇਰ ਤੋਂ ਵੇਟ ਕਰ ਰਹੇ ਸੀ ਸਪੈਸ਼ਲੀ ਇੰਟਰਨੈਸ਼ਨਲ ਸਟੂਡੈਂਟਸ ਜਾਂ ਸਕਿੱਲਡ ਮਾਈਗ੍ਰੈਂਟ ਜਿਹੜੇ ਆਫਸ਼ੋਰ ਬੈਠੇ ਨੇ ਜਾਂ ਪ੍ਰੋਵੀਜ਼ਨਲ ਸਕਿੱਲਡ ਵੀਜ਼ਾ ਹੋਲਡਰਸ ਜਿਨ੍ਹਾਂ ਦੇ ਫੈਮਿਲੀ ਆਫਸ਼ੋਰ ਨੇ 1 December 2021 ਜਿਹੜੀ ਕਿ ਹੋਰ ਵਿਦਿਨ ਹੋਰ 2 ਹਫ਼ਤਿਆਂ ਦੇ ਵਿੱਚ ਇੰਟਰਨੈਸ਼ਨਲ ਬਾਰਡਰਸ ਖੁੱਲ੍ਹਣ ਜਾ ਰਹੇ ਹੈ ਉਹਨਾਂ ਲਈ ਜਿਹੜੇ ਫੁੱਲੀ ਵੈਕਸੀਨੇਟਿਡ ਨੇ ਇੰਟਰਨੈਸ਼ਨਲ ਸਟੂਡੈਂਟ ਸਕਿੱਲਡ ਮਾਈਗ੍ਰੈਂਟਸ ਪ੍ਰੋਵੀਜ਼ਨਲ ਸਕਿੱਲਡ ਹੋਲਡਰਸ ਦੇ ਫੈਮਿਲੀ ਮੈਂਬਰਸ ਮੈਂਬਰਸ ਔਫ ਫੈਮਿਲੀ ਯੂਨਿਟ ਪਲੱਸ ਮੈਰੀਟੇਰੀਅਨ ਵੀਜ਼ਾ ਹੋਲਡਰਸ 1 December 2021 ਤੋਂ ਤੁਹਾਨੂੰ ਐਗਜ਼ੰਪਸ਼ਨ ਦੀ ਕੋਈ ਲੋੜ ਨਹੀਂ ਹੈ ਅਤੇ ਜੇ ਤੁਸੀਂ ਫੁੱਲੀ ਵੈਕਸੀਨੇਟਿਡ ਹੋ ਤਾਂ ਤੁਸੀਂ ਆਸਟ੍ਰੇਲੀਆ ਟਰੈਵਲ ਕਰ ਸਕਦੇ ਹੋ ਬਹੁਤ ਵੱਡੀ ਨਿਊਜ਼ ਹੈ ਉਹਨਾਂ ਵੀਜ਼ਾ ਹੋਲਡਰਸ ਲਈ ਜਿਹੜੇ ਅਲੱਗ ਅਲੱਗ ਕੰਟਰੀਆਂ 'ਚ ਬੈਠੇ ਅਤੇ ਆਸਟ੍ਰੇਲੀਆ ਟਰੈਵਲ ਕਰਨਾ ਚਾਹੁੰਦੇ ਅਤੇ ਕਰੰਟਲੀ ਵੀਜ਼ਾ ਹੋਲਡ ਕਰਦੇ ਆ ਵਧੇਰੇ ਜਾਣਕਾਰੀ ਚਾਹੁੰਦੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਧੰਨਵਾਦ